ਮੋਹੱਲੀ ਨੇੜਲੇ ਪਿੰਡ ਵਾਕਰਪੁਰ ਦੇ ਵਿੱਚ ਈਡੀ ਨੇ ਦਸਤਕ ਦਿੱਤੀ ਆ ਜੀ ਹਾਂ ਗੱਲ ਅਮਰੂਦ ਘਟਾਲੇ ਦੀ ਆ ਅਮਰੂਦ ਘਟਾਲਾ ਬਹੁਤ ਚਰਚਿਤ ਮਾਮਲਾ ਜਿਹਦੇ ਵਿੱਚ ਆਈਐਸ ਅਫਸਰਾਂ ਤੱਕ ਦਾ ਜ਼ਿਕਰ ਹੋਇਆ ਕਹਿੰਦੇ ਕਿ ਅਮਰੂਦ ਲੱਗਣ ਤੋਂ ਪਹਿਲਾਂ ਹੀ ਹਜਮ ਕਰ ਲਏ ਤੇ ਉਹਨਾਂ ਅਮਰੂਦਾਂ ਨੇ ਹੁਣ ਕਈਆਂ ਨੂੰ ਦਰਦ ਉਠਾ ਦਿੱਤਾ ਉਸੇ ਤਹਿਤ ਈਡੀ ਨੇ ਅੱਜ ਰੇਡ ਕੀਤੀ ਹੈ ਵਾਕਰਪੁਰ ਦੇ ਵਿੱਚ ਪਿੱਛੇ ਇਹ ਸ਼ਾਨੂ ਸ਼ੌਕਤ ਤੁਸੀਂ ਦੇਖ ਰਹੇ ਹੋ ਇੱਕ ਅਲੀ ਸ਼ਾਨ ਦਰਵਾਜ਼ਾ ਇਸ ਦਰਵਾਜ਼ੇ ਦੇ ਅੰਦਰ ਈਡੀ ਵੜੀ ਹੈ ਇਸੇ ਗੇਟ ਤੋਂ ਈਡੀ ਅੰਦਰ ਦਾਖਲ ਹੋਈ ਹੈ ਔਰ ਪੁੱਛਗੈ ਚੱਲ ਰਹੀ ਹੈ ਸਵੇਰ 7:30 ਵਜੇ ਤੋਂ ਹੁਣ ਦੁਪਹਿਰ ਤੋਂ ਬਾਅਦ ਦਾ ਸਮਾਂ ਹੋ ਗਿਆ ਈਡੀ ਅੰਦਰ ਵੜੀ ਹੋਈ ਹੈ ਔਰ ਪੁੱਛਗੈ ਚੱਲ ਰਹੀ ਹੈ ਲਗਾਤਾਰ ਜਾਂਚ ਪੜਤਾਲ ਚੱਲ ਰਹੀ ਹੈ ਪੂਰੇ ਮਸਲੇ ਦੇ ਵਿੱਚ ਆਈਐਸ ਅਫਸਰਾਂ ਦਾ ਵੀ ਜ਼ਿਕਰ ਹੋਇਆ ਔਰ ਸਾਰਿਆਂ ਤੋਂ ਇਸ ਮਸਲੇ ਨੂੰ ਲੈ ਕੇ ਪੁੱਛਗਿੱਛ ਜਾਰੀ ਹੈ ਸਰਪੰਚ ਜਗਤਾਰ ਸਿੰਘ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ ਦਾ ਨਾਮ ਵੀ ਇਸੇ ਮਸਲੇ ਦੇ ਵਿੱਚ ਪੁੱਛਗਿੱਛ ਸ਼ਾਮਲ ਹੋਇਆ ਇਹ ਨਾਲ ਦਾ ਘਰ ਸਰਪੰਚ ਜਗਤਾਰ ਸਿੰਘ ਦਾ ਤੇ ਜਿਹੜਾ ਪਹਿਲਾ ਗੇਟ ਤੁਸੀਂ ਦੇਖ ਰਹੇ ਸੀ ਇਹ ਉਸਦੇ ਭਰਾ ਦਾ ਇਹਨਾਂ ਦੋਨਾਂ ਘਰਾਂ ਦੇ ਵਿੱਚ ਈਡੀ ਇਸ ਵੇਲੇ ਮੌਜੂਦ ਹੈ ਪੁੱਛ ਪੜਤਾਲ ਕਰ ਰਹੀ ਹੈ ਅਸਲਚ ਮਸਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਵੱਡਾ ਪ੍ਰੋਜੈਕਟ 에어ਪੋਰਟ ਮੁਹਾਲੀ 에어ਪੋਰਟ ਦੇ ਨੇੜੇ ਲਾਉਣ ਦੀ ਗੱਲ ਹੋਈ ਜ਼ਿਕਰ ਹੋਇਆ ਤੇ ਦੱਸਿਆ ਜਾਂਦਾ ਹੈ ਕਿ ਉਸ ਵੇਲੇ ਜਿਹੜੇ ਵੱਡੇ ਆਈਏ ਅਫਸਰ ਸੀ ਉਹਨਾਂ ਨੂੰ ਉਸ ਪ੍ਰੋਜੈਕਟ ਨੂੰ ਲੈ ਕੇ ਪਤਾ ਸੀ ਤੇ ਇਸ ਦਾ ਫਾਇਦਾ ਚੁੱਕਣ ਦੇ ਲਈ ਇਹਨਾਂ ਅਫਸਰਾਂ ਦੇ ਵੱਲੋਂ ਇੱਕ ਪਲਾਨਿੰਗ ਕੀਤੀ ਗਈ ਪਿੰਡ ਦੇ ਸੁਧਾਰਨ ਕਿਸਾਨਾਂ ਤੋਂ ਜ਼ਮੀਨ ਲੈ ਲਈ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਪਤਨੀਆਂ ਦੇ ਨਾਂ ਤੇ ਜ਼ਮੀਨ ਖਰੀਦੀ ਇਸ ਤਰ੍ਹਾਂ ਦਾ ਪੂਰਾ ਜਿਹੜਾ ਹੈਗਾ ਮਸਲਾ ਦੱਸਿਆ ਜਾ ਰਿਹਾ ਹਾਲਾਂਕਿ ਜਾਂਚ ਜਾਰੀ ਹੈ ਪੁੱਛ ਪੜਤਾਲ ਜਾਰੀ ਹੈ ਤੇ ਇੱਥੇ ਹੀ ਬੱਸ ਨਹੀਂ ਕਿਉਂਕਿ ਕਹਿੰਦੇ ਅਫਸਰਾਂ ਨੂੰ ਪਤਾ ਸੀ ਕਿ ਇਹ ਜ਼ਮੀਨ ਦੀ ਕੀਮਤ ਕਈ ਗੁਣਾ ਵੱਧ ਜਾਣੀ ਆ ਇਸ ਕਰਕੇ ਪਹਿਲਾਂ ਹੀ ਉਸੇ ਏਰੀਆ ਦੇ ਅਧੀਨ ਆਉਂਦੀ ਜ਼ਮੀਨ ਆ ਜਿਹੜੀ ਉਹ ਖਰੀਦੀ ਗਈ ਕਈਆਂ ਨੇ ਠੇਕੇ ਤੇ ਲਈ ਸਰਪੰਚ ਵੀ ਦੱਸਦੇ ਨੇ ਕਿ ਉੱਥੇ ਆਪਣੀ ਜ਼ਮੀਨ ਸੀ ਔਰ ਪੂਰੇ ਮਸਲੇ ਦੇ ਵਿੱਚ ਇੱਕ ਸਟੈਪ ਹੋਰ ਅੱਗੇ ਚੱਲਿਆ ਗਿਆ ਕਹਿੰਦੇ ਕਿ ਅਮਰੂਦਾਂ ਦਾ ਜ਼ਿਕਰ ਹੋਇਆ ਅਮਰੂਦਾਂ ਦਾ ਜ਼ਿਕਰ ਕਿਵੇਂ ਹੋਇਆ ਇਸ ਜ਼ਮੀਨ ਨਾਲ ਅਮਰੂਦ ਕਿਵੇਂ ਜੁੜੇ ਕਹਿੰਦੇ ਕਿ ਜੇ ਕਿਤੇ ਬਾਗ ਲੱਗਾ ਹੋਵੇ ਤਾਂ ਜਦੋਂ ਗਮਾੜਾ ਨੇ ਉਸ ਦਾ ਮੁਆਵਜ਼ਾ ਦੇਣਾ ਹੈ ਯਾਨੀ ਸਰਕਾਰ ਨੇ ਮੁਆਵਜ਼ਾ ਦੇਣਾ ਹੈ ਤੇ ਜੇ ਉੱਥੇ ਤੁਹਾਡਾ ਬਾਗ ਲੱਗਾ ਫਲਾਂ ਦਾ ਤਾਂ ਉਹਦਾ ਰੇਟ ਵੱਧ ਜਾਂਦਾ ਬਸ ਫਿਰ ਜਿੱਦਾਂ ਇਹ ਸਕੀਮ ਦਾ ਅਫਸਰਾਂ ਦੇ ਧਿਆਨ ਦੇ ਵਿੱਚ ਆਇਆ ਤੇ ਫਿਰ ਉਹਨਾਂ ਸੋਚਿਆ ਕਿ ਕੱਲੀ ਜ਼ਮੀਨ ਦੀ ਵੱਧ ਕੀਮਤੀ ਕਿਉਂ ਕਿਉਂਣਾ ਬਾਗਲੇ ਪੈਸੇ ਵੀ ਵਸੂਲ ਲੈ ਜਾਣ ਹਜਮ ਕਰ ਲੈ ਜਾਣ ਤਾਂ ਕਹਿੰਦੇ ਕਿ ਅਮਰੂਦਾਂ ਦੇ ਬਾਗ ਦਿਖਾ ਦਿੱਤੇ ਗਏ ਅਮਰੂਦਾਂ ਦੇ ਬਾਗ ਵੀ ਕਹਿੰਦੇ ਜਾਇਜ ਜਾਇ ਦਿਖਾਏ ਜਾਂਦੇ ਤਾਂ ਸ਼ਾਇਦ ਗੱਲ ਬਣ ਜਾਂਦੀ ਪਰ ਇਲਜ਼ਾਮ ਇਹ ਨੇ ਕਿ ਜਿਹੜੇ ਖੇਤ ਦੇ ਵਿੱਚ ਪ੍ਰਤੀ ਏਕੜ ਕਹਿੰਦੇ 100 ਬੂਟਾ ਲੱਗਦਾ ਸੀ ਉੱਥੇ ਹਜ਼ਾਰਾਂ ਚ ਬੂਟੇ ਲਾ ਦਿੱਤੇ ਗਏ ਮਤਲਬ ਲੱਗੇ ਦਿਖਾ ਦਿੱਤੇ ਗਏ ਤੇ ਜਿਹੜਾ ਬੂਟਾ ਕਹਿੰਦੇ ਅਜੇ ਢਾਈ ਟੇ ਤਿੰਨ ਤਰੇ ਇੰਚ ਦਾ ਸੀ ਛੋਟਾ ਛੋਟਾ ਸੀ ਉਸ ਬੂਟੇ ਨੂੰ ਪੂਰਾ ਫਲਦਾਰ ਦਿਖਾ ਦਿੱਤਾ ਗਿਆ ਸੁਧਾਰਨ ਬੂਟਾ ਹੁੰਦਾ ਦਾ 50 55 ਰੁਪਏ ਤੇ ਜੇ ਫਲਦਾਰ ਬੂਟਾ ਪੱਟਿਆ ਜਾਂਦਾ ਤਾਂ ਉਹਦਾ 5500 ਰੁਪਿਆ ਤਾਂ ਫਿਰ ਦਿਮਾਗ ਨੇ ਕੰਮ ਕੀਤਾ ਵੀ ਨਿੱਕੇ ਬੂਟੇ ਦੇ ਪੈਸੇ ਕਾਹਨੂੰ ਲੈਣੇ ਆ ਪੂਰੇ ਫਲਦਾਰ ਦੇ ਲੈਣੇ ਆ 55 5500 ਰੁਪਏ ਦੇ ਹਿਸਾਬ ਨਾਲ ਕਹਿੰਦੇ ਉਹਨਾਂ ਬੂਟਿਆਂ ਦੇ ਪੈਸੇ ਮੁਆਵਜ਼ੇ ਦੇ ਰੂਪ ਦੇ ਵਿੱਚ ਵਸੂਲ ਕਰ ਲਏ ਗਏ ਪਰ ਕਹਿੰਦੇ ਨੇ ਕਿ ਜਦੋਂ ਕਿਤੇ ਗੜਬੜ ਘਟਾਲਾ ਹੁੰਦਾ ਤਾਂ ਉਹ ਗੁੱਝਾ ਨਹੀਂ ਰਹਿੰਦਾ ਕੁਝ ਲੋਕਾਂ ਨੇ ਇਸ ਮਸਲੇ ਦੀ ਸ਼ਿਕਾਇਤ ਪਾਈ ਵਿਜੀਲੈਂਸ ਜਾਂਚ ਹੋਈ ਔਰ ਵਿਜੀਲੈਂਸ ਜਾਂਚ ਦੇ ਦੌਰਾਨ ਪਰਚਾ ਦਰਜ ਕਰ ਲਿਆ ਜਾਂਦਾ ਪਰਚੇ ਦੇ ਵਿੱਚ ਸਭ ਤੌਰ ਤੇ ਇਹ ਅਧਿਕਾਰੀਆਂ ਦੇ ਨਾਵਾਂ ਦਾ ਜ਼ਿਕਰ ਆਉਂਦਾ ਔਰ ਕਈ ਲੋਕਾਂ ਦੇ ਨਾਵਾਂ ਦਾ ਜ਼ਿਕਰ ਆਉਂਦਾ ਗ੍ਰਫਤਾਰੀਆਂ ਹੁੰਦੀਆਂ ਨੇ ਪਰ ਹੁਣ ਮਸਲਾ ਈਡੀ ਤੱਕ ਜਾ ਪਹੁੰਚਿਆ ਈਡੀ ਫਿਲਹਾਲ ਪੂਰੇ ਮਾਮਲੇ ਦੀ ਪੁੱਛ ਪੜਤਾਲ ਕਰ ਰਹੀ ਹੈ ਜਾਂਚ ਜਾਰੀ ਹੈ ਈਡੀ ਦੇ ਅਧਿਕਾਰੀ ਅੰਦਰ ਮੌਜੂਦ ਨੇ ਔਰ ਪੁੱਛ ਪੜਤਾਲ ਕਰ ਰਹੇ ਨੇ ਸਾਰੇ ਕਾਗਜ਼ ਪੱਤਰ ਇਕੱਠੇ ਕਰ ਰਹੇ ਨੇ ਕਿ ਜ਼ਮੀਨ ਕਿਵੇਂ ਉਸ ਦੇ ਵੱਧ ਪੈਸੇ ਵਸੂਲਣ ਦੀ ਗੱਲ ਹੋਈ ਕਿਵੇਂ ਅਮਰੂਦਾਂ ਦੇ ਬੂਟਿਆਂ ਦੀ ਕਹਾਣੀ ਸਾਹਮਣੇ ਆਈ ਕਿਵੇਂ ਅਮਰੂਦਾਂ ਦੇ ਨਿੱਕੇ ਨਿੱਕੇ ਬੂਟਿਆਂ ਨੂੰ ਇਹਨਾਂ ਨੇ ਵੱਡੇ ਵੱਡੇ ਬੂਟੇ ਵਿਖਾ ਕੇ ਫਲਦਾਰ ਬੂਟੇ ਦਿਖਾ ਦਿੱਤਾ ਤੇ ਕਿਵੇਂ ਕਰੋੜਾਂ ਰੁਪਏ ਮੁਆਵਜ਼ਾ ਵਸੂਲਿਆ ਗਿਆ ਤਾਂ ਕਰੋੜਾਂ ਦਾ ਘੁਟਾਲਾ ਦੱਸਿਆ ਜਾ ਰਿਹਾ ਹੈ ਫਿਲਹਾਲ ਜਾਂਚ ਜਾਰੀ ਹੈ ਮਾਮਲਾ ਈਡੀ ਦੇ ਹੱਥ ਚ ਆ ਚੁੱਕਿਆ ਦੇਖਦੇ ਹਾਂ ਗਾਜ ਕਿਹਦੇ ਕਿਹਦੇ ਤੇ ਡਿੱਗਦੀ ਹੈ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ ਨਿਊਜ਼ 18 ਬਾਕਰਪੁਰ